ਜੇ ਬੇਈਮਾਨ ਤੁਰੇ ਝੂਠੀ ਗੱਲ ਉਤੇ ਤੇ ਇਮਾਨ ਵਾਲੇ ਤੁਰੇ ਸੱਚੀ ਗੱਲ ਉਤੇ ਆਪਣੇ ਰੱਬ ਵੱਲੋਂ ਐਸੇ ਤਰ੍ਹਾਂ ਬਿਆਨ ਕਰਦਾ ਹੈ ਅੱਲਾ ਲੋਕਾਂ ਵਾਸਤੇ ਹਾਲ ਉਹ ਨਾ ਦੇ ਫਿਰ ਜਦ ਭੀੜੋ ਤੁਸੀਂ ਬੇਈਮਾਨਾਂ ਨਾਲ ਤਦ ਮਾਰਨੀਆਂ ਨੇ ਕਰਦਣਾ ਉਹਨਾਂ ਦੀਆਂ ਇਥੋਂ ਤੀਕ ਜੋ ਜਦ ਖੂਬ ਵੱਢ ਚੁਕੇ ਤੁਸੀਂ ਉਹਨਾਂ ਨੂੰ ਤਦ ਮਜ਼ਬੂਤ ਮਾਰ ਲਾਓ ਕੈਦੀਆਂ ਨੂੰ ਬੇੜੀਆਂ ਭਾਵੇਂ ਫਿਰ ਇਹਸਾਨ ਕਰਨਾ ਹੈ ਦੋ ਪਿੱਛੇ ਜਾਂ ਚੱਤੀ ਰਹਿਣਾ ਇਥੋਂ ਤੀਕ ਜੋ ਰੱਖਦੇ ਲੜਾਈ ਇਥੇ ਆਰ ਆਪਣੇ ਇਹੋ ਹੁਕਮ ਜੇ ਤੇ ਜੇ ਚੰਦਾ ਅੱਲਾ ਤਾਂ ਆਪ ਬਦਲਾ ਲੈ ਲੈਂਦਾ ਉਹਨਾਂ ਤੋਂ ਪਰ ਤਾਂ ਜੋ ਅਜ਼ਮਾਏ ਤੁਸਾਨੂੰ ਇਕਨਾਂ ਨੂੰ ਇਕਨਾਂ ਨਾਲ ਤੇ ਜਿਹੜੇ ਮਾਰੇਗੇ ਅੱਲਾ ਦੇ ਰਾਹ ਵਿੱਚ ਤਾਂ ਹਰਗਿਜ਼ ਐਵੇਂ ਨਾ ਗੁਆਏਗਾ ਮਲ ਉਹਨਾਂ ਦੇ ਰਾ ਪਾਏਗਾ ਉਹਨੂੰ ਸਵਾਬ ਦੇ ਤੇ ਸਵਾਰ ਦੇਗਾ ਹਾਲ ਉਹਨਾਂ ਦਾ ਤੇ ਬਾਰੇਗਾ ਉਹਨੂੰ ਬਿਸ਼ਤ ਵਿੱਚ ਜਿਸ ਦੀ ਪਛਾਣ ਕਰਾ ਦਿੱਤੀ ਸੀ ਉਹਨਾਂ ਨੂੰ ਐਈ ਮਾਨਵਾਲਿਓ ਜੇ ਮਦਦ ਕਰੋਗੇ ਅੱਲਾ ਦੇ دین ਦੀ ਤਾਂ ਉਹ ਮਦਦ ਕਰੇਗਾ ਤੁਹਾਡੀ ਤੇ ਪੱਕੇ ਕਰ ਦੇਗਾ ਪੈਰ ਤੁਹਾਡੇ ਜਿਹੜੇ ਬੇਈਮਾਨ ਹੋ ਗਏ ਤਾਂ ਠੋਕਰ ਲੱਗੀ ਉਹਨਾਂ ਨੂੰ ਤੇ ਪਟਕਾ ਦਿੱਤੇ ਉਸੂ ਅਮਲ ਉਹਨਾਂ ਦੇ ਇਹ ਐਨੇ ਗਵਾਣਾ ਏ ਇਸ ਬਬੂ ਜੋ ਉਹਨਾਂ ਪਸੰਦ ਨਾ ਕੀਤਾ ਜਿਹੜਾ ਉਤਾਰਿਆ ਅੱਲਾ ਨੇ ਤਾਂ ਉਗੜ ਗਵਾਇਓ ਉਸੂ ਅਮਲ ਉਹਨਾਂ ਦੇ ਕਿਉਂ ਫੇਰ ਫੇਰੇ ਨਹੀਂ ਮੁਲਕ ਵਿੱਚ ਫੇਰ ਵੇਖਦੇ ਕੀ ਕਰ ਹੋਇਆ ਔੜਕੋਨਾਂ ਦਾ ਜਿਹੜੇ ਪਹਿਲੇ ਸਣ ਇਹਨਾਂ ਦੇ ਪੁੱਟ ਸੁਟਿਆ ਅੱਲਾ ਨੇ ਉਹਨਾਂ ਨੂੰ ਕਿ ਸਭ ਬੇਈਮਾਨਾਂ ਨਾਲ ਹੀ ਹੁੰਦੀ ਹੁੰਦੀ ਏ ਇਹੋ ਜਿਹੀ ਏ ਇਸ ਬਬੂ ਜੋ ਅੱਲਾ ਬੇਲੀ ਹੈ ਈਮਾਨ ਵਾਲਿਆਂ ਦਾ ਜਿਹੜੇ ਬੇਈਮਾਨ ਨੇ ਉਹਨਾਂ ਦਾ ਕੋਈ ਨਹੀਂ ਬੇਦੀ ਅੱਲਾ ਜ਼ਰੂਰ ਵਾੜੇਗਾ ਉਹਨਾਂ ਨੂੰ ਜਿੰਨਾ ਮੰਨੇ ਆਂ ਤਿੱਕੀਆਂ ਭਲਿਆਈਆਂ ਵੈਸ਼ਤਾ ਵਿੱਚ ਜਿੰਨਾਂ ਦੇ ਹੀਟ ਵਗਦੀਆਂ ਨੇ ਨਹਿਰਾਂ ਤੇ ਜਿਹੜੇ ਬੇਈਮਾਨ ਹੋਏ ਨੇ ਉਹ ਵਰਤਤੇ ਦਿਖਾਉਂਦੇ ਨੇ ਜਿਉਂ ਖਾਂਦੇ ਨੇ ਡੰਗਰ ਤੇ ਅੱਗੇ ਆਖਰੀ ਟਿਕਾਣਾ ਉਹਨਾਂ ਦਾ ਤੇ ਕਿਤਨੀ ਬਸਤੀਆਂ ਨੇ ਜੋ ਬਦੇੜੀਆਂ ਸਖਤ ਸੰਜੋਰ ਵਿੱਚ ਤੇਰੀ ਵਸਤੀ ਨਾਲੋਂ ਜਿੰਨ ਕੱਢ ਦਿੱਤਾ ਤੈਨੂੰ ਅਥਾਂ ਬਰਬਾਦ ਕਰ ਸੁਟਿਆ ਉਹਨਾਂ ਨੂੰ ਕਿ ਕੋਈ ਮਦਦਗਾਰ ਨਹੀਂ ਸੀ ਉਹਨਾਂ ਦਾ ਭਲਾ ਫਿਰ ਜਿਹੜਾ ਹੋਵੇ ਰੋਸ਼ਨ ਦਲੀਲ ਉਤੇ ਆਪਣੇ ਰੱਬ ਵੱਲੋਂ ਉਹਦੇ ਵਾਂਗੂ ਜਿਸ ਨੂੰ ਸੋਨਾ ਦਸਿਆ ਆ ਬੁਰਾ ਕਰਤਬ ਆਪਣਾ ਤੇ ਤੁਰੇ ਆਪਣੇ ਜੀਆਂ ਦੀ ਚਾਹ ਉਤੇ ਉਸ ਬਹਿਸ਼ਤ ਦਾ ਹਾਲ ਜਿਸ ਦਾ ਵਾਅਦਾ ਮਿਲਿਆ ਹੈ ਬਚ ਕੇ ਤੁਰਨ ਵਾਲਿਆਂ ਨੂੰ ਉਸ ਵਿੱਚ ਨਹਿਰਾਂ ਨੇ ਨਿਥਰੇ ਹੋਏ ਪਾਣੀ ਦੀਆਂ ਤੇ ਨਹਿਰਾਂ ਨੇ ਦੁੱਧ ਦੀਆਂ ਜਿਸ ਦਾ ਸਵਾਦ ਨਹੀਂ ਬਦਲਿਆ ਤੇ ਨਹਿਰਾਂ ਨੇ ਸ਼ਰਾਬ ਦੀਆਂ ਜਿਹੜੀ ਮਜ਼ੇਦਾਰ ਹੈ ਪੀਣ ਵਾਲਿਆਂ ਲਈ ਤਨਾਰਾ ਨੇ ਪੁਣੇ ਹੋਏ ਸ਼ਹਿਦ ਦੀਆਂ ਤੇ ਉਹਨਾਂ ਲਈ ਨੇ ਉੱਥੇ ਹਰ ਜਿੰਸ ਦੇ ਮੇਵੇ ਤੇ ਬਖਸ਼ਿਸ਼ ਹੈ ਉਹਨਾਂ ਦੇ ਰੱਬ ਵੱਲੋਂ ਉਹਦੇ ਵਾਂਗੂ ਨਹੀਂ ਜਿਹੜਾ ਸਦਾ ਰਹੇਗਾ ਅਗ ਵਿੱਚ ਤੇ ਪਲਾਇਆ ਜਾਏਗਾ ਪਾਣੀ ਛਰਦਾ ਜਿਹੜਾ ਵੱਢੇਗਾ ਅੰਦਰਾਂ ਉਹਨਾਂ ਦੀਆਂ ਤੇ ਕੋਈ ਉਹਨਾਂ ਵਿੱਚੋਂ ਕੰਨ ਰੱਖਦਾ ਤੇਰੇ ਵੱਲ ਇਥੋਂ ਤੀਕ ਜਿਹੜੇ ਜਦ ਨਿਕਲ ਜਾਂਦੇ ਨੇ ਤੇਰੇ ਕੋਲੋਂ ਪੁੱਛਦੇ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਮਿਲਿਆ ਹੈ ਇਦਮ ਕੀ ਆਖਿਆ ਸਤੂ ਆਣ ਇਹ ਲੋਕ ਉਹ ਨਹੀਂ ਜਿਨਾਂ ਦੇ ਦੀ ਲਾ ਉਤੇ ਮੋਰ ਲਾ ਦਿੱਤੀ ਅੱਲਾ ਨੇ ਤੇ ਤਦ ਨੇ ਆਪਣੇ ਜੀਆਂ ਦੀ ਚਾਹ ਉਤੇ ਤੇ ਜਿਨਾਂ ਹਿਦਾਇਤ ਪਾਈ ਬਦੇਰੀ ਦਿੱਤੀ ਉਹਨਾਂ ਨੂੰ ਹਿਦਾਇਤ ਤੇ ਦਿੱਤਾ ਉਹਨਾਂ ਨੂੰ ਬਚ ਕੇ ਤੁਰਨਾ ਉਹਨਾਂ ਦਾ ਤੇ ਹੁਣ ਕੀ ਇਹ ਲੋਕੁ ਡਿੱਗਦੇ ਪਰ ਕਿਆਮਤ ਨੂੰ ਜਿਹੜੀ ਆਵੇ ਉਹਨਾਂ ਉਤੇ ਅਚਾਨਕ ਕਿਉਂਕਿ ਆ ਚੁੱਕੀਆਂ ਨੇ ਨਿਸ਼ਾਨੀਆਂ ਉਸ ਦੀਆਂ ਫਿਰ ਕਿੱਥੋਂ ਉਹਨਾਂ ਮਤ ਲੈਣੀ ਹੈ ਜਦ ਆ ਚੁੱਕੀ ਹੈ ਕਿਆਮਤ ਉਹਨਾਂ ਉਤੇ ਹਬੀਬ ਜਾਨ ਰੱਖੋ ਕਈ ਪੂਜਾ ਦੇ ਲੈਕ ਨਹੀਂ ਸਵਾਲ ਅੱਲਾ ਦੇ ਤੇ ਬਖਸ਼ਿਸ਼ ਮੰਗੋ ਗੁਨਾਹ ਦੀ ਤੇ ਇਮਾਨਦਾਰਾਂ ਤੇ ਇਮਾਨਦਾਰੀਆਂ ਲਈ ਵੀ ਕਿ ਅੱਲਾ ਜਾਣਦਾ ਹੈ ਤੁਹਾਡੇ ਪੌਂਦੇਣ ਫਿਰਨੇ ਤੇ ਤੁਹਾਡੇ ਰਹਿਣੇ ਦੀ ਜਗਾ ਤੇ ਆਖਦੇ ਨੇ ਇਮਾਨ ਵਾਲੇ ਕਿਉਂ ਨਾ ਉਤਰੀ ਕੋਈ ਸੂਰਤ ਜਿਹਦੇ ਵਿੱਚ ਜਿਹਾਦ ਦਾ ਹੁਕਮ ਹੁੰਦਾ ਫਿਰ ਜਦ ਉਤਰੀ ਇੱਕ ਸੂਰਤ ਪੱਕੀ ਤੇ ਭੋਗ ਪਏ ਉਸ ਵਿੱਚ ਲੜਾਈ ਦਾ ਦੇਖਣਾ ਤੂੰ ਇਹਨਾਂ ਨੂੰ ਜਿਨ੍ਹਾਂ ਦੇ ਦਿਲਾਂ ਵਿੱਚ ਰੋਗ ਹੈ ਤੱਕਦੇ ਨੇ ਤੇਰੇ ਵੱਲ ਉਹਦੇ ਤਕਨੇ ਵਾਂਗੂ जिस नश पै गया मौत का सो सत्यानाश हो जाए ना आखे लगना ते नेक बोल बोलना जबान्य चाह तंग हो लड़ाई की आरजू कर देदारी मिल जाए तुम तो फिर फसाद मचाओगे मुल्कोगे साकेदारियां अपनिया एक दूजे का गला बढोगे ए ओहो ने। ਇਹਨਾਂ ਨੂੰ ਫਿਟਕਾਰਿਆ ਅੱਲਾ ਨੇ ਫਿਰ ਬੋਲੇ ਕਰ ਦਿੱਤਾ ਉਹਨਾਂ ਨੂੰ ਤੇ ਅੰਨ੍ਹੀਆਂ ਕਰ ਦਿੱਤੀਆਂ ਅੱਖੀਆਂ ਉਹਨਾਂ ਦੀਆਂ ਕਿਉਂ ਫਿਰ ਸੋਚ ਨਹੀਂ ਕਰਦੇ ਕੁਰਾਨ ਵਿੱਚ ਜਾਂ ਦਿਲਾਂ ਉੱਤੇ ਲੱਗੇ ਹੋਏ ਨੇ ਜੰਦਰੇ ਉਹਨਾਂ ਦੇ ਜਿਹੜੇ ਉਲਟੇ ਫਿਰ ਗਏ ਨੇ ਆਪਣੇ ਮਗਰਾਂ ਉੱਤੇ ਪਿੱਛੇ ਇਸ ਦੇ ਜੋ ਜ਼ਾਹਿਰ ਹੋ ਚੁੱਕਾ ਉਹਨਾਂ ਨੂੰ ਹਦਾਇਤ ਦਰਾ ਜ਼ਰੂਰ ਸ਼ੈਤਾਨ ਨੇ ਗਲ ਬਣਾ ਦਿੱਤੀ ਉਹਨਾਂ ਦੇ ਦਿਲਾਂ ਵਿੱਚ ਤੇ ਲੰਮੇ ਵਹਿਦੇ ਦਿੱਤੇ ਉਹਨਾਂ ਨੂੰ ਇਹ ਹੀ ਇਸ ਬਬੂ ਜੇ ਉਹਨਾਂ ਨੇ ਆਖਿਆ ਉਹਨਾਂ ਨੂੰ ਜਿੰਨਾ ਪਸੰਦ ਨਹੀਂ ਕੀਤਾ ਜੋ ਉਤਾਰਿਆ ਅੱਲਾ ਨੇ ਭਾਈ ਅਸੀਂ ਆਖੇ ਲੱਗਾਂਗੇ ਤੁਹਾਡੇ ਬਾਦ ਕਮਾ ਵਿੱਚ ਪਰ ਜਿਹੜਾ ਕਰਨ ਦਾ ਹੁਕਮ ਨਹੀਂ ਮੰਨਾਂਗੇ ਕਿ ਅੱਲਾ ਜਾਣਦਾ ਹੈ ਖੁਫੀਆ ਗੱਲਾਂ ਕਰਨੀਆਂ ਉਹਨੇ ਕਾਫਰਾਂ ਨਾਲ ਫਿਰ ਕੀ ਹਾਲ ਹੋਵੇਗਾ ਜਦ ਜਾਨ ਕੱਢਣਗੇ ਉਹਨਾਂ ਦੀ ਫਰਿਸ਼ਤੇ ਮਾਰਦੇ ਹੋਣਗੇ ਉਹਨਾਂ ਦੇ ਮੂੰਹਾਂ ਉੱਤੇ ਤੇ ਉਹਨਾਂ ਦੀਆਂ ਪਿੱਠਾਂ ਉੱਤੇ ਇਹ ਇਸ ਬੰਦ ਜੋ ਉਹ ਤੁਰੇ ਉਸ ਰਾਏ ਜੋ ਖਫਾ ਕਰੇ ਅੱਲਾ ਨੂੰ ਤੇ ਪਛਾਨ ਨਾ ਕੀਤੀ ਨੇ ਉਹਦੀ ਜ਼ਮਾਨਦੀ ਨੂੰ ਫਿਰ ਓਗਤ ਗਵਾਇਓ ਸੁ ਅਮਲ ਉਹ ਨਾ ਦੇ ਪਲਾ ਗੁਮਾਨ ਕਰਦੇ ਨੇ ਜਿਨ੍ਹਾਂ ਦੇ ਦਿਲਾਂ ਵਿੱਚ ਰੋਗ ਹੈ ਭਾਈ ਜ਼ਾਹਰ ਨਾ ਕਰੇਗਾ ਅੱਲਾ ਉਹਨਾਂ ਦੇ ਦਿਲਾਂ ਦੇ ਖੋਟ ਤੇ ਜੇ ਅਸੀਂ ਚਾਹਦੇ ਤਾਂ ਉਹ ਲੋਕ ਤੈਨੂੰ ਵਖਾ ਦੇਂਦੇ ਫਿਰ ਪਛਾਨ ਲੈਂਦੋਂ ਤੂੰ ਉਹਨਾਂ ਨੂੰ ਉਹਨਾਂ ਦੀ ਨਿਸ਼ਾਨੀ ਨਾਲ ਪਰ ਅਸਾਂ ਪਰਦਾ ਰੱਖਿਆ ਹੈ ਤੇ ਜ਼ਰੂਰ ਪਛਾਨ ਲੈਂਗਾ ਉਹਨਾਂ ਨੂੰ ਗੱਲ ਦੇ ਟੱਬ ਵਿੱਚ ਤੇ ਅੱਲਾ ਜਾਣਦਾ ਹੈ ਤੁਹਾਡੇ ਕੰਮਾਂ ਨੂੰ ਕੱਛੀ ਜ਼ਰੂਰ ਅਜ਼ਮਾ ਮੰਗੇ ਤੁਹਾਨੂੰ ਤਾਂ ਅਸੀਂ ਮਲੂਮ ਕਰ ਲਈਏ ਮੁਜਾਦਾ ਨੂੰ ਤੁਸੀਂ ਵਿੱਚੋਂ ਤੇ ਸਹਿਨ ਵਾਲਿਆਂ ਨੂੰ ਤੇ ਤਾਂ ਪਰਖ ਲਈਏ ਅਸੀਂ ਹਾਲਾਤ ਤੁਹਾਡੇ ਜਿਹੜੇ ਬੇਈਮਾਨ ਹੋਏ ਤੇ ਰੋਕਿਓ ਨੇ ਅੱਲਾ ਦੇ راہੋਂ ਤੇ ਉਲਟ ਕੀਤਾ ਲੈ ਪੈਗੰਬਰ ਦਾ ਪਿੱਛੇ ਉਸ ਦੇ ਜੋ ਜ਼ਾਹਿਰ ਹੋ ਚੁਕੇ ਆ ਉਹਨਾਂ ਨੂੰ راہ ہدایت ਦਾ ਜ਼ਰੂਰ ਨਾ ਬਗੜਨਗੇ ਅੱਲਾ ਦਾ ਕੁਝ ਤੇ ਉਹ ਗੁੱਟ ਗਵਾ ਦੇਗਾ ਅਮਲ ਉਹਨਾਂ ਦੇ ਐ ایمان ਵਾਲਿਓ ਆਖੇ ਲੱਗੋ ਅੱਲਾ ਦੇ ਤੇ ਆਖੇ ਲੱਗੋ ਪੈਗੰਬਰ ਦੇ ਤੇ ਉਹ ਨਗਵਾਲਾ ਮਲਾ ਪੜੇ ਜਿਹੜੇ ਬੇਈਮਾਨ ਹੋ ਗਏ ਤੇ ਰੋਕਿਓ ਨੇ ਅੱਲਾ ਦੇ ਨਾਮੋਂ ਫਿਰ ਮਰ ਗਏ ਤੇ ਹੋ ਰਹਿ ਬੇਈਮਾਨ ਇਹ ਸੋ ਜ਼ਰੂਰ ਨ ਬਖਸ਼ੇਗਾ ਅੱਲਾ ਉਹਨਾਂ ਨੂੰ ਸੋ ਤੁਸੀਂ ਬੋਦੇ ਨ ਬਣੋ ਤੇ ਨਾ ਸੱਦੋ ਨੇ ਸੁਲਾਵਲ ਤੇ ਤੁਸੀਂ ਉੱਤੇ ਰਹਿਣਾ ਹੈ ਤੇ ਅੱਲਾ ਤੁਸਾਂ ਨਾਲ ਹੈ ਤੇ ਨਾ ਕਟਾ ਦੇਗਾ ਤੁਹਾਨੂੰ ਅਮਲ ਤੁਹਾਡੇ ਦੁਨੀਆ ਦਾ ਜੀਵਣਾ ਨੇਰਾ ਖੇਤ ਤੇ ਤਮਾਸ਼ਾ ਹੈ ਤੇ ਇਹ ਤੁਸੀਂ ਮੰਨੋਗੇ ਤੇ ਬਚਦੇ ਰਹੋਗੇ ਦੇਗਾ ਤੁਹਾਨੂੰ ਸਵਾਬ ਤੁਹਾਡੇ ਤੇ ਨਾ ਮੰਗੇਗਾ ਤੁਸਾਂ ਤੋਂ ਮਾਲ ਤੁਹਾਡੇ ਤੇ ਜੇ ਮੰਗੇ ਤੁਸਾਂ ਤੋਂ ਮਾਲ ਸਾਰਾ ਮਾਲ ਮੰਗੇ ਤੁਸਾਂ ਤੋਂ ਤਾਂ ਤੁਸੀਂ ਸ਼ੂਮੀ ਕਰੋ ਤੇ ਉਹ ਉਛਾਲ ਦੇ ਤੁਹਾਡੇ ਦਿਲਾਂ ਦੇ ਖੋਟ ਸੁਣਦੇ ਹੋ ਤੁਸੀਂ ਉਹ ਲੋਕੋ ਜੋ ਸੱਦੇ ਜਾਂਦੇ ਹੋ ਤਾਂ ਖਰਚ ਕਰੋ ਅੱਲਾ ਦੇ ਰਾਹ ਵਿੱਚ ਫੇਰ ਕੋਈ ਤੁਸਾਂ ਵਿੱਚ ਬਖੀਲੀ ਕਰਦਾ ਹੈ ਤੇ ਜਿਹੜਾ ਬਖੀਲੀ ਕਰਦਾ ਸੋ ਬਖੀਲੀ ਕਰਦਾ ਨਾ ਆਪਣੀ ਜਾਨ ਤੋਂ ਕਿ ਅੱਲਾ ਬੇਪਰਵਾਹ ਹੈ ਤੇ ਤੁਸੀਂ ਮੋਤ ਤਾਂ ਜੋ ਤੇ ਜੇ ਮੂੰ ਮੋਰੋਗੇ ਤਾਂ ਬਦਲ ਲਿਆਨੇਗਾ ਹੋਰ ਲੋਕ ਲੋਕ ਸਵਾਦ ਤੁਹਾਡੇ ਫਿਰ ਨਾ ਹੋਣਗੇ ਉਹ ਤੁਸਾਂ ਜੀ